ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਲਓ ਜੀ ਬਾਈ, ਅੱਜ ਫਿਰ ਚੱਲਿਆ ਵਿਆਹ, ਇੱਕ ਦਿਨ ਰੈਸਟ ਇੱਕ ਦਿਨ ਵਿਆਹ, ਆਹੀ ਪ੍ਰੋਗਰਾਮ ਚੱਲਦਾ ਕਈ ਦਿਨ ਦਾ। ਅਤੇ ਕੱਲ੍ਹ ਮੇਲ ਉੱਥੇ ਜਾ ਨਹੀਂ ਹੋਇਆ ਅਤੇ ਅੱਜ ਬਰਾਤ 'ਤੇ ਚੱਲਿਆ, ਅਤੇ ਕੱਲ੍ਹ ਨੂੰ ਫਿਰ ਜਾਣਾ ਇੱਕ ਜਗ੍ਹਾ ਵਿਆਹ, ਅਤੇ ਇੱਧਰ ਰਿਪੇਅਰ ਨੂੰ ਲੱਗੇ ਹੋਏ, ਇੱਕ ਮਹੀਨੇ ਤੰਗ ਕਰੇ ਹੋਏ, ਮੀਂਹ ਆ ਜਾਂਦਾ ਰੋਜ਼, ਆ ਰੋਟੀ ਖਾਂਦੇ ਹਾਂ ਚਿੰਨੇ ਨਾ ਹੀ। ਚਿੰਨੇ ਇੱਕ ਕੰਮ ਕਰੀ ਮੁੱਕੇ, ਹੁਣ ਚਾਹ ਵੀ ਤੈਨੂੰ ਆਪੇ ਬਣਾਉਣੀ ਪੈਣੀ, ਬਾਕੀ ਆ ਥਰੋਸ ਭਰੀ ਵੀ ਆ, ਠੀਕ ਆ, ਇਹ ਪੀ ਲਿਓ, ਔਰ ਮਾੜਾ ਧਿਆਨ ਰੱਖੀ ਉਰੇ, ਠੀਕ ਆ। ਅਤੇ ਆਹ ਕੰਮ ਜਿਹੜਾ ਤੁਹਾਡਾ ਹੈਗਾ ਉੱਥੇ ਕਰਾ ਲਿਓ, ਉਹਦੇ ਗਰੰਟਰ ਲਿਆ ਲਓ, ਉਹਦੇ ਕਹਿੰਦੇ ਲੱਕੜਾਂ ਦੇ ਦੇ ਗੁਟਕੇ, ਥੋੜ੍ਹੇ ਥੋੜ੍ਹੇ ਬੜੇ ਆ ਬਈ, ਘਸਾਉਣੇ ਪੈਣੇ, ਜਿਹੜੇ ਕ੍ਰੈਂਕਿਟ ਨਵੀਂ 'ਚ ਪਾਉਣੇ ਆ, ਇਹਨੇ ਇੱਕ ਘਸਾਇਆ, ਅਤੇ ਉਹਦੇ ਕਰਕੇ ਟਾਈਮ ਲੱਗ ਰਿਹਾ। ਮੈਂ ਚਲੋ ਉੱਥੇ ਜਾ ਕੇ ਲੱਕੜ ਦਾ ਗੁਟਕਾ ਲਿਆਓ, ਅਤੇ ਆ ਗਏ ਸਾਰੇ ਹੋ ਗਏ ਤਿਆਰ, ਚੱਲਦੇ ਫਿਰ ਉੱਥੇ ਦਿਖਾਉਂਦਾ ਤੁਹਾਨੂੰ। ਨੇੜੇ ਹੀ ਜਾਣਾ ਵੈਸੇ ਪੈਲਸ ਆਪਣਾ, ਇੱਥੇ ਬੋਰ ਮੱਜਰੇ ਤੋਂ ਪਰਾਂ ਹੈ, ਮਰੰਡੇ ਰੋਡ 'ਤੇ ਉੱਪਰ ਪੈਲਸ, ਉੱਥੇ ਚੱਲਦੇ ਹਾਂ। ਕਿੰਨੇ ਘਸਾ ਹੋ ਗਏ ਵੈਸੇ? ਇੱਕ ਘਸਾਇਆ। ਕਿੰਨਾ ਘਸਦਾ ਹੈ? ਬਰਾਬਰ ਘਸਾਈ ਵੈਸੇ? ਇੰਨਾ ਇੰਨਾ ਵੱਟ ਹੁੰਦਾ ਘੱਟੋ ਘੱਟ, ਮੀਂਹ ਦੇਖ ਲਓ ਪਈ ਜਾਂਦਾ ਹੈ। ਚਲੋ ਹੈਂ, ਹਾਂ ਉਹ ਫੜ ਲਿਆ, ਉਹ ਡਕੜਾਈ ਵਾਲਾ ਲੱਕੜ ਦਾ ਫੜਾ ਫੜ ਲਈ, ਉਹਦੇ ਗਰੈਂਡਰ ਮੂਹਰੇ ਲਾ ਕੇ ਕਹੀਂ, 4 ਇੰਚੀ ਹੈ ਇਹ, ਇੰਨਾ ਦੇਖ ਲਈ, ਉਹ 4 ਇੰਚੀ ਹੈ ਯਾਰ, ਤੂੰ ਜਾ ਜਾ, ਚਿੱਠੀ ਦਾੜੀ ਹੋਈ ਆ ਗਈ। ਚਲੋ ਬਾਈ ਚਲੋ, ਜਸ਼ਨ ਕੱਢ ਪੈਕ। ਲਓ ਜੀ ਪੈਲਸ ਜਾ ਕੇ, ਡੀਜੇ ਵਗੈਰਾ ਲੱਗੇ ਹੋਏ ਆ, ਤੇ ਅੰਦਰ ਕਿਸੇ ਸਿੰਗਰ ਵਗੈਰਾ ਨੇ ਆਉਣਾ ਹੋਣਾ, ਬਾਹਰ ਤਾਂ ਕਿਣਮਣ ਗਾਣੀ ਜੀ ਹੋ ਰਹੀ, ਤਾਂ ਕਰਕੇ ਅੰਦਰ ਆ ਸਾਰਾ ਅਰੇਂਜਮੈਂਟ। ਬਾਹਰ ਆਉਣਾ ਸਾਰਾ ਅਰੇਂਜਮੈਂਟ ਅੱਧਾ।
ਬਾਜਾ ਵਾਲਿਆ ਕੀ ਲਿਖਾਂ ਸਿਫਤ ਤੇਰੀ ਤੇਰੇ ਕੌਤਕ ਬਸ ਕੱਲਾ ਤੂੰ ਜਾਣੇ ਵਾਰ ਇੱਕ ਇੱਕ ਜੀ ਪਰਿਵਾਰ ਦਾ ਵੀ ਬੈਠਾ ਜੰਗਲਾਂ ਵਿੱਚ ਵੀ ਉਹਦੇ ਰੰਗ ਮਾਰੇ ਦੋ ਵਾਰੇ ਵਿੱਚ ਸਰਹੰਦ ਦੇ ਨੇ ਦੋ ਵਾਰੇ ਵਿੱਚ ਸਰਹੰਦ ਦੇ ਨੇ ਦੋ ਵਾਰੇ ਵਿੱਚ ਚਮਕੌਰ ਸੋਹਣੇ ਤੇਰੀ ਤੇਗ ਤੀਰ ਦੇ ਰਾਗ ਉੱਚੇ ਤੇਰੇ ਪੁੱਤਾਂ ਨਾਲ ਦੇ ਨਹੀਂ ਫਿਰ ਪੁੱਤ ਨੀਹਾਂ ਵਿੱਚ ਚਿਣੇ ਹੋਲੇ ਵੇਖ ਚਿੱਟ ਦੀ ਨਿਸ਼ਾਨੀ ਨੀਹਾਂ ਵਿੱਚ ਚਿਣੇ ਹੋਲੇ ਵੇਖ ਚਿੱਟ ਦੀ ਨੀਹਾਂ ਵਿੱਚ ਚਿਣੇ ਹੋਲੇ ਵੇਖ ਨੀਹਾਂ ਵਿੱਚ ਚਿਣੇ ਹੋਲੇ ਵੇਖ ਚਿੱਟ ਦੀ ਨਿਸ਼ਾਨੀ ਸਾਡਾ ਜਨਮ ਮੌਤ ਚੋਂ ਹੋਇਆ ਸਾਡਾ ਜਨਮ ਮੌਤ ਕਿਉਂ ਹੋਇਆ ਮੁਰਖਿਆਂ ਬੀਜ ਅਣਖ ਦਾ ਹੋਇਆ ਆ ਲਫੜਾ 10 ਫੁੱਟ ਪਿੱਛੇ ਸਿੱਟਦਾ ਜਿਹੜੇ ਹੱਥ ਪੱਗਾਂ ਨੂੰ ਪਾਉਂਦੇ ਕੋਟ ਦੀਆਂ ਸਿੰਧਾਂ ਗੂੰਜਦੀਆਂ ਸੂਰਮੇ ਦੌੜ ਚਕਾਰੇ ਲਾਉਂਦੇ ਅੱਖੀਆਂ ਦੇ ਵਿੱਚ ਅੱਖੀਆਂ ਯਾਰਾ ਵੇ
ਤੇਰਾ ਜੀ ਲੱਗਣਾ ਸਾਰ ਜੱਟ ਬੰਬ ਜੱਟ ਕਹਿੰਦੀ ਦੁਨੀਆ
Thank you.
ਵੀਡੀਓ ਸ਼ੂਟ ਕਰ ਰਹੇ ਆ ਜੀ ਉਰੇ ਪਿੰਡ ਵੱਲੋਂ ਮੱਜਰੇ ਟੂਰਨਾਮੈਂਟ ਆ ਹਾਂਜੀ 8 ਅਕੈਡਮੀ 13 ਤਰੀਕ ਨੂੰ ਤੇ ਸ਼ਾਮ ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਅੱਛਾ ਕਿੰਨੇ ਦਿਨ ਲਾਭ ਹੀਰਾ ਡੇਟ ਕਿੰਨੇ ਨੂੰ ਜੀ 12 13 ਫਰਕ ਅੱਛਾ 12 ਤੇ ਦਾ ਬਾਅਦ ਆ ਠੀਕ ਹੈ ਜੀ ਉਦੋਂ ਨਾਲ ਲੜਨੀ ਹੈ ਜੀ ਪਾਂ ਦੇਣੀ ਹੈ ਓਕੇ ਉਹ ਹੈਗਾ ਮਾਰਚ ਚ ਜੀ ਵੱਲੋਂ ਮੱਜਰੇ 1 ਮਾਰਚ ਹਾਂ ਠੀਕ ਹੈ ਦੋ ਟੂਰਨਾਮੈਂਟ ਆ ਵੱਲੋਂ ਮੱਜਰੇ ਸਾਰੀ ਦੁਨੀਆ ਜਾਣਦੀ ਐਨਆਰਆਈ ਛੇਤੀ ਬਾਏ ਕਰਦੇ ਆਏ ਕਰਦੇ ਜੇ ਖਲਾਉਣਾ ਲੈਣਾ ਬਾਏ ਕਰਦੇ ਛੇਤੀ ਚ ਖਲਾਉਣਾ ਲੈਣਾ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਿੰਦੇ ਕਿ ਚੈਨਲ 1 ਲੱਖ ਵੀ ਹੋਣੇ ਵਾਲਾ ਜੀ ਬਸ ਬਾਏ ਸਾਰੇ ਦੇਖੋ ਮੈਨੂੰ ਕਿਹੜੀ ਕਲਾਸ ਚ ਪੜ੍ਹਦੀ ਆ ਨਰਸਰੀ ਬਾਹਰ ਨੂੰ ਆਏ ਬਈ ਹੋਣਾ ਬਾਹਰ ਵੀ ਇਹਨਾਂ ਨੇ ਕੀਤਾ ਹੋਇਆ ਮੀਂਹ ਨੇ ਕੰਮ ਖਰਾਬ ਕਰਤਾ ਥੋੜਾ ਜਿਹਾ ਨਹੀਂ ਬਾਹਰ ਹੀ ਹੋਣਾ ਤਾਂ ਸਾਰਾ ਕੁਝ ਬੰਦ ਬੰਦਣਾ ਸੀ ਅੱਜ ਫਿਰ ਬਾਹਰ ਵੀ ਬਹੁਤ ਖੁੱਲਾ ਨਹੀਂ ਤਾਂ ਬਾਹਰ ਬਹੁਤ ਵਧੀਆ ਅਰੇਂਜਮੈਂਟ ਹੋਣਾ ਦਾ ਅੱਗੇ ਨੂੰ ਵੀ ਬਹੁਤ ਆ ਜੇ ਐਂ ਘੁੰਮ ਕੇ ਫਿਰ ਇੱਦਾਂ ਵੀ ਬਹੁਤ ਆ ਹਾਂ ਉਰੇ ਬਹੁਤ ਬਹੁਤ ਫਰਕ ਪੈ ਜਾਂਦਾ ਬਹੁਤ ਫਰਕ ਪੈ ਜਾਂਦਾ ਹਾਂਜੀ ਯਾਰ ਮੀਂਹ ਦੱਸਿਆ ਵਾ ਅਸਲ ਚ ਨਾ ਕਾਰਨਾਂ ਨੇ ਬਹੁਤ ਕੈਨੇਡਾ ਚ ਹਾਂਜੀ ਚਮਚਾ ਚੱਕਿਆ ਹੀ ਨਹੀਂ ਕਦੇ ਸੋਹਣਿਆ ਫਿਰ ਨੱਚਣੀਆਂ ਜਾਂਦੇ ਆਪਾਂ ਵੀ ਚੱਲੀਏ ਫਿਰ
ਬਾਬਾ ਜੀ ਤੇ ਰੋਟੀ ਰੋਟੀ ਖਾ ਲਈ, ਹੁਣ ਚੱਲੀਏ ਮੈਂ ਘਰ ਨੂੰ। ਡੋਲੀ ਵੀ ਤਾਂ ਹੋਣ ਲੱਗੀ ਆ ਉੱਥੇ, ਚਲੋ ਹੁਣ ਆਪਾਂ ਵੀ ਘਰ ਨੂੰ ਚੱਲਦੇ ਹਾਂ, ਟਾਈਮ ਹੋ ਗਿਆ ਖਾਧਾ। ਬਸ ਸਾਜਰੇ ਹੀ ਵਧੀਆ ਪ੍ਰੋਗਰਾਮ ਹੋ ਗਿਆ, ਚਲੋ ਜੀ ਚੱਲਦੇ ਹਾਂ। ਚਲੋ ਫਿਰ ਚੱਲਦੇ ਆਪਣੇ, ਕੱਢ ਲਈ ਗੱਡੀ, ਗਿੱਲਾ ਹੀ ਗਿੱਲਾ ਹੋ ਗਿਆ ਸਾਰਾ, ਚਿੱਕੜੇ ਚਿੱਕੜ।